ਸਵੇਰੇ ਜੇਲ੍ਹ 'ਚੋਂ ਜਿਹੜੇ ਮੁਲਾਜ਼ਮ ਸੀ ਸਾਡੇ ਕੋਲ ਇੱਕ ਪੇਸ਼ੈਂਟ ਲੈ ਕੇ ਆਏ ਸੀ ਉਹਦਾ ਨਾਮ ਗੁਰਦੀਪ ਸਿੰਘ ਸਨ ਆਫ ਸੁਖਮੰਦਰ ਸਿੰਘ ਰਹਿਣ ਵਾਲਾ ਪੁੱਲੇ ਦਾ ਸੀ ਬਟ ਇੱਥੇ ਆਉਣ ਤੋਂ ਪਹਿਲਾਂ ਹੀ ਉਸ ਕੈਦੀ ਦੀ ਹਵਾਲਾਤੀ ਦੀ ਡੈਥ ਹੋ ਚੁੱਕੀ ਸੀ ਉਹਦੀ ਬਾਡੀ ਜਿਹੜੀ ਹੈ ਉਹ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾ ਦਿੱਤੀ ਗਈ ਹੈ ਅਤੇ ਜਿਹੜੇ ਮੌਤ ਦੇ ਅਸਲਕਾਰ ਨੇ ਉਹ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਆਪਾਂ ਕੁਛ ਕਹਿ ਸਕਦੇ ਹਾਂ ਉਹਨਾਂ ਬਾਰੇ ਉਹਨਾਂ ਨੇ ਸਰਜਰੀ ਡਿਪਾਰਟਮੈਂਟ 'ਚ ਕਿਸੇ ਪ੍ਰੋਬਲਮ ਲਈ ਰੈਫਰ ਕੀਤਾ ਸੀ।